केजरीवाल तो बहुत माड़ा बंदा जी, ओहदे नाल तो मोदी नूं लै आओ मेरे हिसाब नाल। केजरीवाल तां तुसीं पछताओगे, वह तो चल जिहड़ा मोदी आ उहदी अपनी जिहड़ी सोच आ उह हिंदू धर्म प्रति स्पष्ट है, इह तां सिखां दी गलती है वी सिखां दा जिहड़ा वी मुख्यमंत्री हुंदा उहदी सिख धर्म प्रति चों जिहड़ी अपनी सोच आ उह स्पष्ट नहीं हुंदी। की रही गल जिहड़ा केजरीवाल है, यह तो होर है, यह तो चाणक्य नीति वाला, यह तो RSS का बंदा, यह तो थोड़े जड़ां च तेल पाऊगा। ਤੁਸੀਂ ਊਂ ਵੀ ਦੇਖ ਲਓ, ਜਦ ਦਾ ਕੇਜਰੀਵਾਲ ਪੰਜਾਬ 'ਚ ਬੜਿਆ ਉਦੋਂ ਤੋਂ ਬੇਅਦਬੀਆਂ ਸ਼ੁਰੂ ਹੋਈਆਂ। ਨਹੀਂ ਇਹ ਤਾਂ ਕਹਿਣਾ ਸੀ ਸਰਦਾਰ ਬਿਕਰਮਜੀਤ ਸਿੰਘ ਮਜੀਠੀਏ ਨੇ ਚਿੱਟਾ ਵੀ ਵੇਚਿਆ, ਪਰ ਉਹਦੀ ਉਸ ਬੰਦੇ ਦੇ ਫਿਰ ਪੈਰੀਂ ਹੱਥ ਲਾ ਕੇ ਮਾਫ਼ੀ ਮੰਗ ਕੇ ਗਿਆ ਕੇਜਰੀਵਾਲ। ਝਾੜੂ ਵਾਲਿਆਂ ਨੂੰ ਕਰੋ ਸਵਾਲ ਕੇਜਰੀਵਾਲ ਨੂੰ ਕਿ ਹੁਣ ਤੂੰ ਜਿਨ੍ਹਾਂ ਨੂੰ ਨਿੰਦਦਾ ਸੀ ਉਹਨਾਂ ਦੇ ਵਰਕਰ ਹੀ ਤੇਰੀ ਪਾਰਟੀ 'ਚ ਆਏ ਨੇ ਨਾ, ਜਿਨ੍ਹਾਂ ਨੂੰ ਟਿਕਟ ਨਹੀਂ ਮਿਲੀ ਤੂੰ ਟਿਕਟ ਦਾ ਲਾਲਚ ਦੇ ਕੇ ਲੈ ਆਇਆ, ਨਾਲੇ ਸਾਰੀਆਂ ਝਾੜੂ ਦੀਆਂ ਸੀ ਟਿਕਟਾਂ ਵਿਕੀਆਂ ਨੇ। ਕੇਜਰੀਵਾਲ ਤਾਂ ਬਹੁਤ ਮਾੜਾ ਬੰਦਾ ਜੀ, ਉਹਦੇ ਨਾਲ ਤਾਂ ਮੋਦੀ ਨੂੰ ਲੈ ਆਓ ਮੇਰੇ ਹਿਸਾਬ ਨਾਲ ਤਾਂ ਪੰਜਾਬ ਦੀ ਕੋਈ ਆਪਣੀ ਖੇਤਰੀ ਪਾਰਟੀ ਜਿੱਤੇ। ਕੇਜਰੀਵਾਲ ਨਾਲੋਂ ਮੋਦੀ ਨੂੰ ਲੈ ਆਓ ਪੰਜਾਬ 'ਚ, ਕੇਜਰੀਵਾਲ ਤਾਂ ਤੁਸੀਂ ਪਛਤਾਓਗੇ, ਉਹ ਤਾਂ ਚੱਲ ਜਿਹੜਾ ਮੋਦੀ ਆ ਉਹਦੀ ਆਪਣੀ ਜਿਹੜੀ ਸੋਚ ਆ ਉਹ ਹਿੰਦੂ ਧਰਮ ਪ੍ਰਤੀ ਸਪਸ਼ਟ ਹੈ, ਇਹ ਤਾਂ ਸਿੱਖਾਂ ਦੀ ਗਲਤੀ ਹੈ ਵੀ ਸਿੱਖਾਂ ਦਾ ਜਿਹੜਾ ਵੀ ਮੁੱਖ ਮੰਤਰੀ ਹੁੰਦਾ ਉਹਦੀ ਸਿੱਖ ਧਰਮ ਪ੍ਰਤੀ ਚੋਂ ਜਿਹੜੀ ਆਪਣੀ ਸੋਚ ਆ ਉਹ ਸਪਸ਼ਟ ਨਹੀਂ ਹੁੰਦੀ। ਕੋਈ ਮੰਦਰਾਂ 'ਚ ਫਿਰਦਾ, ਕੋਈ ਕਿਤੇ, ਕਦੇ ਮੋਦੀ ਆਇਆ ਤੁਹਾਡੇ ਐਂ ਉਹ ਕਰਨ ਕੀ ਕਹਿਣਾ, ਕਦੇ ਆਇਆ ਹੋਵੇ ਹੈ ਨਾ, ਪਰ ਉਹ ਆਪਦੀ ਸੋਚ ਉਹਦੀ ਸਪਸ਼ਟ ਹੈ, ਸਿੱਖ ਦੀ ਵੀ ਹੋਣੀ ਚਾਹੀਦੀ ਆ। ਬਾਕੀ ਰਹੀ ਗੱਲ ਜਿਹੜਾ ਕੇਜਰੀਵਾਲ ਹੈ, ਇਹ ਤਾਂ ਹੋਰ ਹੈ, ਇਹ ਤਾਂ ਚਾਣਕਿਆ ਨੀਤੀ ਵਾਲਾ, ਇਹ ਤਾਂ RSS ਦਾ ਬੰਦਾ, ਇਹ ਤਾਂ ਤੁਹਾਡੇ ਜੜ੍ਹਾਂ 'ਚ ਤੇਲ ਪਾਊਗਾ ਕਿ ਕੇਜਰੀਵਾਲ। ਹਾਂ, ਆਮ ਆਦਮੀ ਪਾਰਟੀ ਪੰਜਾਬ ਬਣਾ ਲਓ, ਇਹ ਜਿਵੇਂ ਇੱਕ ਤਾਂ ਉਹਨਾਂ ਨੇ ਛਾਤੀ 'ਤੇ ਵਾਰ ਕਰਨ ਵਾਲੇ, ਇਹ ਕੇਜਰੀਵਾਲ ਉਹ ਨਹੀਂ ਹੈਗਾ। ਤੁਸੀਂ ਊਂ ਵੀ ਦੇਖ ਲਓ, ਜਦ ਦਾ ਕੇਜਰੀਵਾਲ ਪੰਜਾਬ 'ਚ ਬੜਿਆ ਉਦੋਂ ਤੋਂ ਬੇਅਦਬੀਆਂ ਸ਼ੁਰੂ ਹੋਈਆਂ ਨੇ ਕੇਜਰੀਵਾਲ ਦੇ ਆਉਣ ਤੋਂ। ਹਾਂ, ਇਹ ਰੱਬ ਜਾਣਦਾ ਵੀ ਕਿਹਨੇ ਕੀਤੀਆਂ ਨੇ, ਉਹ ਦਾਤਾ ਜਾਣਦਾ, ਪਰ ਟ੍ਰੈਂਡ ਉਦੋਂ ਚੱਲਿਆ, ਸ਼ੁਰੂਆਤ ਉਦੋਂ ਹੋਈ ਹੈ। ਇਹ ਕੇਜਰੀਵਾਲ ਨਿਭਾਗ ਜਿਹਾ ਬੰਦਾ, ਇਹਨੇ ਬਹੁਤ ਚੰਗੀ ਪਾਰਟੀ ਖਰਾਬ ਕਰਤੀ ਪੰਜਾਬ ਦੇ ਵਿੱਚ, ਜਿਹੜੀ ਕ੍ਰਾਂਤੀ ਸੀ ਨਾ ਪੰਜਾਬ ਦੇ ਲੋਕਾਂ ਦੀ, ਉਹ ਇਹਨੇ ਆਪਦੇ ਤਾਂ ਕਿਸੇ ਇਹਨਾਂ ਵੱਲੋਂ ਅਕਾਲੀ ਦਲ 'ਤੇ ਆਰੋਪ ਲਾਏ ਜਾਂਦੇ ਨੇ ਕਿ ਅਕਾਲੀ ਦਲ ਦੇ ਰਾਜ 'ਚ ਬੇਅਦਬੀਆਂ ਹੋਈਆਂ ਨੇ, ਇਹਨਾਂ ਦਾ ਹੱਥ ਹੈ। ਨਹੀਂ, ਇਹ ਤਾਂ ਕਹਿਣਾ ਸੀ ਸਰਦਾਰ ਬਿਕਰਮਜੀਤ ਸਿੰਘ ਮਜੀਠੀਏ ਨੇ ਚਿੱਟਾ ਵੀ ਵੇਚਿਆ, ਪਰ ਉਹਦੀ ਉਸ ਬੰਦੇ ਦੇ ਫਿਰ ਪੈਰੀਂ ਹੱਥ ਲਾ ਕੇ ਮਾਫ਼ੀ ਮੰਗ ਕੇ ਗਿਆ ਕੇਜਰੀਵਾਲ ਬਿਕਰਮਜੀਤ ਸਿੰਘ ਮਜੀਠੀਆ। ਹਾਂ, ਪੈਰੀਂ ਹੱਥ ਲਾ ਕੇ ਮਾਫ਼ੀ ਮੰਗੀ ਹੈ ਇਹਨੇ ਵੀ ਮੈਂ ਝੂਠਾ ਆਰੋਪ ਲਾਇਆ, ਠੀਕ ਹੈ। ਪਹਿਲਾਂ ਇਹ ਬਕਵਾਸ ਕਰ ਦਿੰਦੇ ਨੇ, ਬਾਅਦ 'ਚ ਫਿਰ ਜਦੋਂ ਅਗਲਾ ਕੇਸ ਕਰਦਾ ਫਿਰ ਉੱਥੇ ਇਹਨਾਂ ਕੋਲ ਕੋਈ ਦਲੀਲ ਨਹੀਂ ਹੁੰਦੀ। ਧੂਰੀ ਹਲਕੇ ਤੋਂ ਭਗਵੰਤ ਮਾਨ ਅਤੇ ਦਲਵੀਰ ਸਿੰਘ ਗੋਲਡੀ ਨੂੰ ਕਿਵੇਂ ਦੇਖਦੇ ਹੋ? ਇਹ ਕੋਈ ਥੋੜ੍ਹੀ ਗੱਲ ਹੈ ਵੀ ਜੇ ਲੋਕਾਂ ਨੇ ਕਹਿ ਤਾ ਮਜੀਠੀਆ ਚਿੱਟਾ ਵੇਚਦਾ ਵੀ ਉਹ ਵੇਚਦਾ ਹੀ ਹੋਊ।